नोट मिलेगा अच्छा बस मैं एंटर होया ही हां ते हारे हुए शेर बैठे सन क्या मतलब ओ राणा सनाउल्ला साहब बैठे सन ओके जवेद लतीफ साहब बैठे सन ओके साद रफीक साहब बैठे सन ओके मूड ऑफ सी ओहो ते आपस विच बहस हो रही ओ कहन हमें क्यों हरवाया ओ मैं कह सरगो तुसी भी फिल्म पाउनी सी हां कि मुझे क्यों बुलाया ते नाल ही मुंडिया साहब ने मेरी बांह फड़ी है ते पिछले लॉन च लाए गए ने मैनू कहंदे ने यार इत्थे ते गल ही नहीं हो सकदी मैनू कहंदे ने फिल्म तो याद आया ओ मैं सुनया मेरे ते फिल्म बना दित्ती ने दगाबाज दिल मियां साहब ने हां जी लेकिन कहंदे ने चलो कोई गल नहीं चलो फिल्म ते बना दित्ती ने ते मेरा करैक्टर किहदे कोल करवाया ने किहदे कोल मैं कहया किहदे कोल कहंदे ने मैं वशा याद कोल जी सर ਮੈਂ ਕਿਹਾ ਸਰ ਸੁਣੀ ਸੁਣਾਈ ਗੱਲਾਂ ਤੇ ਨਹੀਂ ਯਕੀਨ ਕਰੀਦਾ ਹੁੰਦਾ ਆਪ ਜਦੋਂ ਤੱਕ ਵੇਖੋ ਨਾ ਕਿਸੇ ਦੀ ਗੱਲ ਨਾ ਮੰਨੋ ਬਿਲਕੁਲ ਕਹਿੰਦੇ ਨੇ ਫਿਲਮ ਵੇਖਣੀ ਪਏਗੀ ਮੈਂ ਕਿਹਾ ਸਰ ਇਸੇ ਬਹਾਨੇ ਮੈਂ ਵੀ ਵੇਖ ਲਾਂਗਾ ਠੀਕ ਹੈ ਮੈਨੂੰ ਕਹਿੰਦੇ ਨੇ ਚੱਲ ਫਿਰ ਮੈਂ ਕੋਈ ਇਧਰੋਂ ਨਹੀਂ ਜਾਣਾ ਉਹ ਫਿਰ ਅੱਗੋਂ ਮੱਥੇ ਲੱਗਣਗੇ ਡਾਲਾ ਮੈਂ ਕਿਹਾ ਲੈ ਕੇ ਆਉਣਾ ਪਿਛਲੇ ਗੇਟ ਦੇ ਵਿੱਚੋਂ ਐਂ ਕਰਕੇ ਬਾਵਾਂਗੇ ਤੇ ਨਿਕਲ ਜਾਵਾਂਗੇ ਠੀਕ ਹੈ ਜੀ ਸਰ ਮੈਨੂੰ ਕਹਿੰਦੇ ਨੇ ਜਾਵਾਂਗੇ ਕਿੱਥੇ ਮੈਂ ਕਿਹਾ ਆਪਣੇ ਹਲਕੇ ਚ ਲੱਗੀ ਏ ਗੁਲਸਤਾਨ ਫਿਲਮ ਤੇ ਚਾਰ ਸ਼ੋ ਰੋਜ਼ ਚੱਲ ਰਹੇ ਨੇ ਲੈ ਗਏ ਫਿਰ ਮੈਂ ਜਾ ਕੇ ਆਖਰੀ ਗੈਲਰੀ ਪੂਰੀ ਦੀ ਪੂਰੀ ਮੈਂ ਲੈ ਲਈ ਏ ਪੈਸੇ ਵੀ ਨੀ ਦੇਣੇ ਪਏ ਰੋਹ ਪਾ ਕੇ ਲਈ ਏ ਅੱਛਾ ਜੀ ਸਰ ਉੱਥੇ ਬਹਿ ਕੇ ਫਿਰ ਫਿਲਮ ਵੇਖ ਰਹੇ ਸਾਂ ਆਪ ਔਰ ਮੀਆਂ ਸਾਹਿਬ ਜੀ ਸਰ ਠੀਕ ਹੈ ਤੇ ਅਚਾਨਕ ਮੈਂ ਵਿਸ਼ਾਜਾ ਸਾਹਿਬ ਦੀ ਇੰਟਰਵਿਊ ਹੋਈ ਏ ਟ੍ਰੇਨ ਤੇ ਆਹੋ ਮੈਨੂੰ ਕਹਿੰਦੇ ਨੇ ਵੇਖਿਆ ਹੀ ਫਿਰ ਉਹੀ ਮੇਰੇ ਵਾਲਾ ਆਈਡੀਆ ਯੂਜ਼ ਕੀਤਾ ਨੇ ਉਹ ਮੈਂ ਕਿਹਾ ਸਰ ਅੱਗੇ ਵੇਖਾਂਗੇ ਤੇ ਪਤਾ ਲੱਗੇਗਾ ਹਾਂ ਬਸ ਜਿੱਥੇ ਆਇਆ ਇੰਟਰਵਲ ਤੋਂ ਪਹਿਲੇ ਗਾਣਾ ਹਾਂ ਉੱਥੇ ਉਹ ਬਬਲੀਆਂ ਮਾਰੀਆਂ ਨੇ ਮੈਨੂੰ ਕਹਿੰਦੇ ਨੇ ਨਾਚੋ ਮੈਂ ਕਿਹਾ ਸਰ ਗਾਣੇ ਤੇ ਕਹਿੰਦੇ ਨੇ ਨਾਚੋ ਮੈਂ ਕਿਹਾ ਸਰ ਵਰਦੀ ਪਾਈ ਹੋਈ ਹਾਲ ਭਰਿਆ ਹੋਇਆ ਤੇ ਬੁਰਾ ਲੱਗਾਂਗਾ ਨੱਚਦਾ ਮੈਨੂੰ ਕਹਿੰਦੇ ਨੇ ਓਏ ਪੌਪਕੋਰਨ ਖਾਣੇ ਵਾਲੇ ਨਾਚੋ ਅੱਛਾ ਅਸਰ ਇਕਲੌਤਾ ਨੋਟ ਸੀ 5000 ਵਾਲਾ ਯਾਰ ਸਾਰੇ ਦੇ ਸਾਰੇ ਨਾਚੋਜ਼ ਹੋ ਗਏ 5000 ਦੇ ਨਾਚੋਜ਼ ਸਾਰੇ 5000 ਦੇ ਨਾਚੋਜ਼ ਹੋ ਗਏ ਠੀਕ ਹੈ ਉਹ ਫਿਰ ਮੈਂ ਘਰ ਛੱਡ ਕੇ ਵਾਪਸ ਆਇਆ ਮੈਂ ਕਿ ਤੁਹਾਨੂੰ ਈਦ ਨਾ ਮਿਲੀ ਤੇ ਫਾਇਦਾ ਕੋਈ ਨਹੀਂ ਹੋਏਗਾ ਤੇ ਮਾਸ਼ਾਅੱਲਾ ਬੜੇ ਪਿਆਰੇ ਲੱਗ ਰਹੇ ਹੋ ਅੱਛਾ ਮਜ਼ੇ ਕੀ ਬਾਤ ਹੈ ਈਦ ਮੈਨੂੰ ਵੀ ਨਹੀਂ ਮਿਲੀ ਅੱਛਾ ਜੀ ਹਾਂ ਚਲੋ ਮੈਂ ਤੁਹਾਡੇ ਨੂੰ ਈਦ ਲੈ ਕੇ ਤੇ ਅੱਜ ਮਾਸ਼ਾਅੱਲਾ ਕਿਨੇ ਸੂਟ ਬਣਾ ਕੇ ਦਿੱਤਾ ਹੈ ਉਹ ਖੁਦ ਹੀ ਯਾਰ ਬੜੇ ਸੋਹਣੇ ਲੱਗ ਰਹੇ ਥੈਂਕ ਯੂ ਯਾਰ ਅਚਾਨਕ ਮੈਂ ਅੰਦਰ ਵੜਿਆ ਨਾ ਮੈਂ ਸਮਝਿਆ ਕਾਂ ਚੂਨੇ 'ਚ ਫਸਿਆ ਹੋਇਆ ਪਾਕਿਸਤਾਨ ਦੇ ਵਾਹਿਦ ਗੁਲੂਕਾਰਾ ਨੇ ਅਦਾਕਾਰਾ ਫਿਲਮਾਂ ਦੇ ਵਿੱਚ ਇੰਨ ਛਾਏ ਪਏ ਨੇ ਤੇ ਕਾਮਰਾਨ ਮੁਜਾਹਿਦ ਵੀ ਹੈ ਫਿਲਮ ਕਾਮਰਾਨ ਮੁਜਾਹਿਦ ਗੌਰ ਸੇ ਦੇਖੋ ਨਹੀਂ ਇਹ ਬੱਚਾ ਮੈਂ ਅਕਸਰ ਦੇਖਿਆ ਕਿਧਰੇ ਕੰਮ ਕਰਦਾ ਹੈ ਹਾਂ ਕੌਣ ਹੈ ਯਾਰ ਮੋਮਿਨ ਸਾਗਰ ਸਾਹਿਬ ਓਏ ਹੋਏ ਹੋਏ ਸਰ ਐਡਾ ਪਿਆਰਾ ਬੱਚਾ ਹੈਗਾ ਹੈ ਕੌਣ ਮੋਮਿਨ ਸਾਕਿਬ ਹੈ ਉਹ ਨਹੀਂ ਹੈ ਤੇ ਸਹੀ ਲੇਕਿਨ ਕਿਹਨਾਂ ਦਾ ਬੱਚਾ ਹੈਗਾ ਮੈਂ ਕਦੀ ਇਹਦੇ ਬਾਰੇ ਹਿਸਟਰੀ ਪੜ੍ਹੀ ਨਹੀਂ ਤਾਂ ਪੜ੍ਹ ਲੈਣਾ ਆਪਣੇ ਅੰਮੀ ਅੱਬੂ ਕਾ ਬੱਚਾ ਹੈ ਅੱਛਾ ਬੱਚਾ ਮਾਸ਼ਾ ਅੱਲਾ ਕਿੰਨੀ ਉਮਰ ਹੋ ਗਈ ਇਹਦੀ ਮੈਨੂੰ ਕੀ ਪਤਾ ਨਹੀਂ ਵੈਸੇ ਕਿੰਨੀ ਏਜ ਮੇਰੇ ਬੱਚੇ ਕਾਫੀ ਇਹ ਦੱਸੀ ਦੇ ਨਹੀਂ ਹੈ ਓਏ ਹੈ ਥੋੜੀ ਦੱਸੋ ਉਹਨੂੰ ਆਪਣੇ ਆਪ ਨੂੰ ਨਹੀਂ ਪਤਾ ਯਾਰ ਇੰਦਾ ਬਗਲੋਲ ਤਾਂ ਨਹੀਂ ਹੁੰਦਾ ਬੰਦਾ ਬਗਲੋਲ ਕਿਉਂ ਹੁੰਦਾ ਹੈ ਅੰਦਰ ਕੋ ਨੋ ਮੇਰੇ ਬੈਸਟ ਫਰੈਂਡ ਹੈਗੇ ਨੇ ਹਾਂ ਵਜਾਦ ਰਊਫ ਸਾਹਿਬ ਯੈਸ ਯੈਸ ਜਦੋਂ ਵੀ ਮਿਲੇ ਨੇ ਮਾਸ਼ਾਅੱਲਾ ਕਿਸੇ ਨਵੀਂ ਖਾਤੂਨ ਨਾਲ ਹੀ ਮਿਲੇ ਮੋਰ ਕੇ ਡਰਾਮੇ ਦੀ ਹੀਰੋਇਨਸ ਹੁੰਦੀ ਹੈ ਆ ਉਹ ਹੀ ਮੈਂ ਕਿਹਾ ਵੀ ਹਰ ਫਿਲਮ 'ਚ ਨਵੀਂ ਹੀਰੋਇਨ ਲੈ ਹਾਂ ਤੇ ਬਾਜੀ ਹੋਰੀ ਅੱਜ ਨਾਲ ਨੇ ਯੈਸ ਤਾਂ ਹੀ ਸੁਣਨੇ ਪੈਣਾ ਹੈ
लेकिन है बड़े इंटेलेक्चुअल आदमी ने। अच्छा माशाल्लाह तो काम की कर दे। अच्छा जी जी माशाल्लाह। चलो जी मुबारक हो तुम्हारी फिल्म हिट हो गई है, अच्छी लगी है सर माशाल्लाह। भाई जान एक फोटो में दे दियो क्योंकि मेरे बच्चे तुहाडे बड़े फैन है। अच्छा कभी कभी पूछते ने मेरे अंकल की काम कर दे। चल तुम बैठो माशाल्लाह सोनी आंखां। ओए होए मेरे तो भी चोनी है। मेरे तो नहीं होना तो बहुत सोनी है। मैडम इंज लगता नवा बंदर लिया। मैं उस बंदे का फैन है जिन्होंने बंदर।